ਸੋਮਵਾਰ ਦੇਰ ਰਾਤ ਨੂੰ ਮੋਰਿੰਡਾ ਬੇਅਦਬੀ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਮਿਲੀ ਜਦੋਂ ਮਾਮਲੇ ਦੇ ਮੁੱਖ ਮਲਜ਼ਮ ਜਸਬੀਰ ਜੱਸੀ ਦੀ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਮੌਤ ਹੋ ਗਈ ਇਤਿਹਾਸਿਕ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਕੁਝ ਦਿਨ ਪਹਿਲਾਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ਖਸ ਦੀ ਅਚਾਨਕ ਹੋਈ ਮੌਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਮਾਨਸਾਂ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਦੇ ਦੱਸਣ ਦੇ ਮੁਤਾਬਕ ਉਸਦੇ ਢਿੱਡ ਵਿੱਚ ਦਰਦ ਦੀ ਸ਼ਿਕਾਇਤ ਹੋਈ ਸੀ ਜਿਸ ਤੋਂ ਬਾਅਦ ਉਸ ਨੂੰ ਮਾਨਸਾਂ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਹਸਪਤਾਲ ਲੈ ਜਾਣ ਦੇ 4 ਘੰਟਿਆਂ ਬਾਅਦ ਉਸ ਦੀ ਮੌਤ ਹੋ ਗਈ ਐਸਐਸਪੀ ਨੇ ਸਪਸ਼ਟ ਕੀਤਾ ਕਿ ਜੇਲ੍ਹ ਦੇ ਵਿੱਚ ਮੁਲਜ਼ਮ ਤੇ ਕੋਈ ਵੀ ਜਿਹਾ ਹਮਲਾ ਨਹੀਂ ਹੋਇਆ ਜੋ ਉਸ ਦੀ ਮੌਤ ਦਾ ਕਾਰਨ ਬਣਿਆ ਹੋਵੇ ਸਮੇਂ ਸਿਰ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਉਸ ਦੀ ਮੌਤ ਦੇ ਪਿੱਛੇ ਕਿਸੇ ਵੀ ਸਾਜ਼ਿਸ਼ ਤੋਂ ਐਸਐਸਪੀ ਨਾਨਕ ਸਿੰਘ ਨੇ ਇਨਕਾਰ ਕਰ ਦਿੱਤਾ ਹੈ ਤੇ ਅੱਜ ਮੁਲਜ਼ਮ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਹੋਵੇਗਾ ਇਦੇ ਚ ਇਹਨੂੰ ਰੈਫਰ ਕੀਤਾ ਗਿਆ ਸੀ ਜੇਲ ਦੇ ਡਾਕਟਰ ਨੇ ਐਗਜ਼ਾਮਿਨ ਕੀਤਾ ਸੀ ਸਵੇਰੇ ਤੇ ਉਹਨਾਂ ਨੇ ਭੇਜਿਆ ਸੀ ਕਿਸੇ ਵਿਲੋ ਹਸਪੀਟਲ ਮਾਂਸਰ ਜਿੱਥੇ ਕਿ 9 ਵਜੇ ਦੀ ਡੈਥ ਹੋ ਗਈ ਹੈ ਇਹਦਾ ਪੋਸਟਮਾਰਟਮ ਹੋਊਗਾ ਫੇਰ ਹੀ ਪਤਾ ਲੱਗ ਪਾਏਗਾ ਕੌਜ਼ ਆਫ ਡੈਥ ਕੀ ਕੈਟੈਗੋਰਿਕਲੀ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਕੋਈ ਇਹਦੇ ਚ ਫੌਲ ਪਲੈਨ ਨਹੀਂ ਹੈਗਾ ਕੋਈ ਇਹੋ ਜਿਹਾ ਨਹੀਂ ਅਸੇ ਤੱਕ ਚੀਜ਼ ਸਾਹਮਣੇ ਜੇਲ ਚ ਵੀ ਕੋਈ ਇਹੋ ਜਿਹਾ ਇਨਸੀਡੈਂਟ ਨਹੀਂ ਹੋਇਆ ਜੀ ਹਾਂ ਪੂਰੀ ਉਧੇ ਚੈਕਿੰਗ ਹੁੰਦੀ ਸੀਗੀ ਜਿਹੜਾ ਇੱਥੇ ਜਿੰਨੂੰ ਰੱਖਿਆ ਹੋਇਆ ਸੀਗਾ ਉੱਥੇ ਵੀ ਪ੍ਰੋਪਰ ਇਨਰ ਦੇ ਡਿਪਲॉयਮੈਂਟ ਸੀਗੀ ਸੋ ਕੋਈ ਇਹੋ ਜੀ ਗੱਲ ਨਹੀਂ ਕਿ ਕਿਸੇ ਨੇ ਨੂੰ ਉੱਥੇ ਹਮਲਾ ਕੀਤਾ ਹੋਵੇ ਜਾਂ ਕੋਈ ਹਰਟ ਕੀਤਾ ਹੋਵੇ ਜਾਂ ਕੋਈ ਇਹੋ ਜੀ ਗੱਲ ਹੋਈ ਹੋਵੇ ਉਹ ਪਰਿਵਾਰ ਨੂੰ ਇਨਫੋਰਮ ਕਰ ਦਿੱਤਾ ਗਿਆ ਜਿਹੜਾ ਇਹ ਇਨਸੀਡੈਂਟ ਹੋਇਆ ਉਹਦੇ ਵਿੱਚ ਜੁਡੀਸ਼ੀਅਲ ਇਨਕੁਇਰਸਟ ਹੋਣੀ ਹੈ ਸੋ ਜੱਜ ਸਾਹਿਬ ਨੇ ਕਰਨੀ ਹੈ ਉਹ ਕਰਨ ਕੇ ਚੀ ਮਾਨਸਾ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਜਸਵੀਰ ਨੂੰ ਸ਼ਾਮ ਨੂੰ 4:10 ਤੇ ਕੱਲ ਹਸਪਤਾਲ 'ਚ ਦਾਖਲ ਕੀਤਾ ਗਿਆ ਸੀ ਉਹਨੂੰ ਸਾਹ ਲੈਣ ਦੇ ਵਿੱਚ ਤਕਲੀਫ ਆ ਰਹੀ ਸੀ ਤੇ ਛਾਤੀ ਵਿੱਚ ਵੀ ਦਰਦ ਸੀ ਰਾਤ ਨੂੰ 8:00 ਵਜੇ ਉਸਦੀ ਹਾਲਤ ਨਾਜ਼ੁਕ ਹੋਈ ਤੇ 9:10 ਤੇ ਉਸਦੀ ਮੌਤ ਹੋ ਗਈ ਇਤਿਹਾਸਿਕ ਗੁਰੂ ਘਰ ਦੇ ਵਿੱਚ ਬੇਅਦਬੀ ਦੀ ਮੁੱਖ ਮੁਲਜ਼ਮ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਪ੍ਰਤੀਕਰਮ ਆਇਆ ਹੈ ਐਸసీపీ ਦੇ ਜਰਨਲਿਸਟ ਇਕਤਰ ਗੁਰਚਰਨ ਸਿੰਘ ਗਰੀਵਾਲ ਨੇ ਕਿਹਾ ਕਿ ਪਾਪੀ ਬੰਦੇ ਦਾ ਅੰਤ ਇਸੇ ਤਰ੍ਹਾਂ ਹੁੰਦਾ ਹੈ ਪਰ ਨਾਲ ਹੀ ਉਹਨਾਂ ਨੇ ਜਸਵੀਰ ਦੀ ਮੌਤ ਤੇ ਕਈ ਸਵਾਲ ਵੀ ਖੜੇ ਕੀਤੇ ਕਿ ਬੇਅਦਬੀ ਤੋਂ ਬਾਅਦ ਜਿੰਨੇ ਦਿਨ ਪੁੱਛਗਛ ਹੋਈ ਹੈ ਉਸ ਦਰਮਿਆਨ ਪੁਲਿਸ ਜਸਵੀਰ ਦਾ ਕਨੈਕਸ਼ਨ ਕਿਉਂ ਨਹੀਂ ਜੋੜ ਸਕੀ ਕਦੇ ਇਸ ਮੁੱਲਜ਼ਮ ਵਾਂਗੂ ਤਕਸਰੀ ਕੇਸ ਕਰ ਸਾਹਿਬ ਸਮੇਤ ਹੋਰ ਥਾਵਾਂ ਤੋਂ ਵੀ ਬੇਅਦਬੀ ਦੇ ਮੁੱਲਜ਼ਮ ਫੜੇ ਗਏ ਨੇ ਪਰ ਪੰਜਾਬ ਸਰਕਾਰ ਨੇ ਉਹਨਾਂ ਨਾਲ ਕੀ ਕੀਤਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਦੇ ਵੀ ਗਰੇਵਾਲ ਨੇ ਜਸਵੀਰ ਜੱਸੀ ਦੀ ਮੌਤ ਨੂੰ ਸ਼ੱਕੀ ਦੱਸਿਆ ਤੇ ਜਾਂਚ ਦੀ ਮੰਗ ਕੀਤੀ ਉਧਰ ਭਾਜਪੀ ਨੇ ਵੀ ਇਸ ਮਾਮਲੇ ਦੇ ਵਿੱਚ ਜਾਂਚ ਦੀ ਮੰਗ ਕੀਤੀ ਹੈ ਸੀਨੀਅਰ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਜਸਵੀਰ ਸਿੰਘ ਕੋਈ ਮਾਨਸਿਕ ਤੌਰ ਤੇ ਬਿਮਾਰ ਨਹੀਂ ਸੀ ਬੇਅਦਬੀ ਕਰਨ ਲਈ ਉਸ ਨੂੰ ਕਿਹਨੇ ਕਿਹਾ ਕਿਥੋਂ ਆਇਆ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਤਾਂ ਪੁਲਿਸ ਨੂੰ ਲੱਭਣਾ ਚਾਹੀਦਾ ਸੀ ਹੋ ਸਕਦਾ ਹੈ ਕਿ ਜਿਹੜੇ ਬੇਅਦਬੀ ਦੇ ਸਾਜ਼ਿਸ਼ ਕਾੜੇ ਨੇ ਉਹਨਾਂ ਨੂੰ ਇਸ ਦਾ ਡਰ ਹੋਵੇ ਇਸ ਕਰਕੇ ਉਹਨਾਂ ਨੇ ਕਹਿੰਦੇ ਹੋ ਸਕਦਾ ਜਸਵੀਰ ਤੇ ਨਾਲ ਕੋਈ ਅਜਿਹੀ ਹਰਕਤ ਕੀਤੀ ਹੋਵੇ ਕੁਝ ਵੀ ਹੋ ਸਕਦਾ ਹੈ ਜਾਂਚ ਹੋਣੀ ਚਾਹੀਦੀ ਹੈ ਮੁਲਜ਼ਮ ਦੀ ਮੌਤ ਬਾਰੇ ਉਸਦੇ ਪਰਿਵਾਰ ਵਾਲਿਆਂ ਨੂੰ ਪੁਲਿਸ ਪ੍ਰਸ਼ਾਸਨ ਨੇ ਇਤਲਾਹ ਦੇ ਦਿੱਤੀ ਹੈ। ਲੰਗੀ 25 ਅਪ੍ਰੈਲ ਨੂੰ ਮਰਿੰਡਾ ਦੇ ਇਤਿਹਾਸਿਕ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਜਸਵੀਰ ਸਿੰਘ ਜੱਸੀ ਨੇ ਜੰਗਲਾ ਟੱਪ ਕੇ ਤਾਬਿਆਂ ਤੇ ਬੈਠੇ ਦੋ ਗ੍ਰੰਥੀ ਸਿੰਘਾਂ ਦੇ ਨਾਲ ਦੁਰਵਿਵਹਾਰ ਕੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਉਸ ਦੀ ਸਿਕਨੌਣੀ ਹਰਕਤ ਤੋਂ ਬਾਅਦ ਮੌਕੇ ਤੇ ਮੌਜੂਦ ਸੰਗਤ ਅਤੇ ਸੇਵਾਦਾਰਾਂ ਨੇ ਉਸ ਨੂੰ ਦਬੂਚ ਲਿਆ, ਕੋਟਾਪਾ ਵੀ ਚਾੜਿਆ ਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਸਿੱਖ ਕੌਮ ਦੇ ਵਿੱਚ ਰੋਹ ਭਰ ਗਿਆ ਤੇ ਪੂਰਾ ਮਰਿੰਡਾ 2 ਦਿਨਾਂ ਦੇ ਲਈ ਬੰਦ ਰੱਖਿਆ ਗਿਆ। ਦਬਾਬ ਵਧਣ ਤੋਂ ਬਾਅਦ ਪੁਲਿਸ ਨੇ ਇਸ ਦੇ ਖਿਲਾਫ ਪਰਚਾ ਕੀਤਾ ਅਤੇ ਅਦਾਲਤ ਨੇ ਇਸ ਦਾ 2-2 ਦਿਨ ਦਾ 2 ਵਰੀ ਰਿਮਾਂਡ ਦਿੱਤਾ। ਮੋਰਿੰਡਾ ਦੇ ਵਕੀਲ ਭਾਈਚਾਰੇ ਨੇ ਇਸ ਦਾ ਕੇਸ ਲੜਨ ਦਾ ਬਾਈਕਾਟ ਕਰ ਦਿੱਤਾ। ਪਿਛਲੇ ਦਿਨੀ ਜਦੋਂ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਇੱਕ ਮੋਰਿੰਡਾ ਦੇ ਹੀ ਵਕੀਲ ਨੇ ਇਸ ਤੇ ਹਮਲਾ ਵੀ ਕੀਤਾ ਸੀ। ਮੱਥੇ ਤੇ ਪਿਸਤੌਲ ਤਾਣ ਲਈ ਸੀ ਪਰ ਉਸ ਵਕੀਲ ਨੂੰ ਪੁਲਿਸ ਨੇ ਮੌਕੇ ਤੋਂ ਹਿਰਾਸਤ ਦੇ ਵਿੱਚ ਲੈ ਲਿਆ ਸੀ। ਇਸ ਮੁਲਜ਼ਮ ਦੀ ਮੌਤ ਤੋਂ ਬਾਅਦ ਟੈਲ ਸੇਵਾ ਜਥੇਬੰਦੀ ਨੇ ਐਲਾਨ ਕੀਤਾ ਹੈ ਕਿ ਬੇਅਦਬੀ ਦੇ ਦੋਸ਼ੀ ਦਾ ਮੋਰੰਡੇ ਵਿੱਚ ਕਿਸੇ ਵੀ ਥਾਂ ਤੇ ਅੰਤਿਮ ਸੰਸਕਾਰ ਨਾ ਕੀਤਾ ਜਾਵੇ ਤੇ ਨਾ ਹੀ ਕੋਈ ਗ੍ਰੰਥੀ ਜਾਂ ਪਾਠੀ ਸਿੰਘ ਕਿਸੇ ਵੀ ਗੁਰੂ ਘਰ ਦੇ ਵਿੱਚ ਇਸ ਦੀ ਅਰਦਾਸ ਕਰੇ ਤੇ ਨਾ ਹੀ ਇਸ ਦਾ ਪੋਪ ਪਾਇਆ ਜਾਵੇ